ਵੱਡੀ ਮਾਤਰਾ ਤੋਂ ਜਾ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈ ਉਸ ਵੱਲੋਂ ਵਾਪਸੀ ਪਤਨਾ ਮਾਸੂਲ ਜਿਹੜੀਆਂ ਨੇ ਚਾਰ ਖੇਤਰ ਦਿੱਤੇ ਗਏ ਨੇ ਪਿਸਟਲਸ ਨੇ ਉਹ ਪ੍ਰਾਪਤ ਕੀਤੀਆਂ ਗਈਆਂ ਨੇ ਫਿਲਹਾਲ ਜੀ ਸ਼ੁਰੂ ਸਰ ਕੀ ਸਾਰਾ ਮਾਮਲਾ ਜੀ ਜਿਹੜਾ ਇਹ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮਸ ਐਸ ਪੀ ਸਾਹਿਬਾਨ ਦੇ ਸੁਪਰਵਿਜ਼ਨ 'ਚ ਜੰਡਿਆਲਾ ਪੁਲਿਸ ਵੀ ਇਹਦੇ 'ਚ ਇਨਵੋਲਵ ਸੀਗੀ ਅਤੇ ਸੀ ਏ ਇੰਚਾਰਜ ਵੀ ਹੈਪੀ ਜੱਟ ਦੇ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਤਿੰਨ ਬੰਦੇ ਤਾਂ ਗ੍ਰਿਫਤਾਰ ਪੁਲਿਸ ਨੇ ਕੀਤੇ ਹੈ ਪੁਲਿਸ ਦਾ ਪ੍ਰੈਸ਼ਰ ਹੋਇਆ ਰੇਡਸ ਚੱਲ ਰਹੀ ਸੀਗੀਆਂ ਅਤੇ ਚੌਥਾ ਜਿਹੜਾ ਸੀਗਾ ਜੁਡੀਸ਼ਲ ਅਫਸਰ ਕੋਲ ਪੇਸ਼ ਹੋ ਗਿਆ ਇਨਵੈਸਟੀਗੇਸ਼ਨ 'ਚ ਇਹ ਰਿਵੀਲ ਹੋਇਆ ਹੈ ਕਿ ਹੈਪੀ ਜੱਟ ਦੇ ਇਹ ਖਾਸ ਸਿੰਪਥਾਈਜ਼ਰਸ ਕਹਿ ਲਓ ਜਾਂ ਸਪੋਰਟਰਸ ਕਹਿ ਲਓ ਐਸੋਸੀਏਟਸ ਕਹਿ ਲਓ ਉਹ ਸੀਗੇ ਅਤੇ ਇਹਨਾਂ ਨੇ ਜੱਗੂ ਭਗਵਾਨਪੁਰੀ ਦੇ ਦੋ ਐਸੋਸੀਏਟਸ ਦਾ ਨੂੰ ਇਲੈਮੀਨੇਟ ਕਰਨਾ ਸੀਗਾ ਹੈਪੀ ਜੱਟ ਜਿਹੜਾ ਹੈ ਉਹ ਜੰਡਿਆਲੇ ਦਾ ਰਹਿਣ ਵਾਲਾ ਭਗੌੜਾ ਹੈ ਤਿੰਨ ਮਰਡਰ ਕੇਸਿਸ 'ਚ ਵਾਂਟਡ ਹੈ ਅੱਠ ਨੌ ਪਰਚੇ ਹੋਰ ਵੀ ਉਹਦੇ 'ਤੇ ਦਰਜ ਹੈ ਅਤੇ ਇਹ ਜਿਹੜੇ ਚਾਰ ਬੰਦੇ ਗ੍ਰਿਫਤਾਰ ਹੋਏ ਹੈ ਇਹਨਾਂ 'ਚੋਂ 16 ਪਰਚੇ ਇਹਨਾਂ 'ਤੇ ਦਰਜ ਹੈ ਲੁੱਟ ਖੋਹ ਦੇ ਐਕਸਟੋਰਸ਼ਨ ਦੇ ਮਰਡਰ ਦੇ ਹਾਈਵੇ ਰੋਬਰੀ ਦੇ ਅਤੇ ਕੌਂਟਰਾਬੈਂਡ ਡਰੱਗ ਸਮਗਲਿੰਗ ਦੇ ਅਤੇ ਆਮ ਸਮਗਲਿੰਗ ਦੇ ਆਮ ਸੈਕਟ ਦੇ ਜੀ ਅਤੇ ਇਹਨਾਂ ਨੇ ਰੈਕੀ ਜਿਹੜੀ ਕੀਤੀ ਸੀਗੀ ਉਹ ਬਹੁਤ ਇਲੈਬੋਰੇਟ ਕੀਤੀ ਸੀਗੀ ਗੈਟਅਵੇ ਵਹੀਕਲ ਵੀ ਜਿਹੜੀ ਜਿਸ ਗੱਡੀ 'ਚ ਇਹਨਾਂ ਨੇ ਫਰਾਰ ਹੋਣਾ ਸੀਗਾ ਉਹ ਵੀ ਸਾਨੂੰ ਮਿਲ ਗਈ ਹੈ ਅਤੇ ਹਰਿਆਣੇ 'ਚ ਕੁਛ ਇੱਦਾਂ ਦੀ ਠਹਿਰਾਂ ਸੀਗੀਆਂ ਜਿਹੜੀ ਇਹਨਾਂ ਨੇ ਆਈਡੈਂਟੀਫਾਈ ਵੀ ਕੀਤੀ ਸੀਗੀਆਂ ਉਹ ਵੀ ਸਾਨੂੰ ਪਤਾ ਲੱਗਿਆ ਹੈ ਵੈਪਨ ਜਿਹੜੇ ਸੀਗੇ ਇਹ ਐੱਮ ਪੀ ਤੋਂ ਲੈ ਕੇ ਆਏ ਸੀਗੇ ਇੰਦੌਰ ਤੋਂ ਉਹ ਵੀ ਆਈਡੈਂਟੀਫਾਈ ਹੋ ਚੁੱਕਾ ਹੈ ਕਿ ਕਿੱਧਰੋਂ ਲੈ ਕੇ ਆਏ ਕੌਣ ਇਹਨਾਂ ਦਾ ਵੈਪਨ ਸਪਲਾਇਰ ਸੀਗਾ ਕੁਛ ਐਮੂਨੀਸ਼ਨ ਵੀ ਬਰਾਮਦ ਹੋਇਆ ਅਤੇ ਕਾਫੀ ਵੱਡੀ ਇਹਨਾਂ ਨੇ ਇਹ ਪਬਲਿਕ ਟਾਈਪ ਐਲੀਮੀਨੇਟ ਕਰਨਾ ਸੀਗਾ ਮਾਰਨਾ ਵੀ ਸੀਗਾ ਅਤੇ ਦਹਿਸ਼ਤ ਪਾਉਣ ਲਈ ਮਾਰਨਾ ਸੀਗਾ ਸਰ ਤੁਸੀਂ ਕਹਿ ਕੇ ਇਹਨਾਂ ਦੇ ਅਰਾਈਵਲ ਗਰੁੱਪ ਸੀਗਾ ਜੱਗੂ ਦਾ ਜੀ ਜੀ ਇਹਨਾਂ ਦਾ ਬੱਬੀਆ ਗਰੁੱਪ ਦੇ ਨਾਲ ਵੀ ਕੋਈ ਸੀਗਾ ਨਹੀਂ ਹਾਲੇ ਤੱਕ ਨਹੀਂ ਆਇਆ ਸਾਹਮਣੇ ਕੁਝ ਆਪਸ ਦੇ ਵਿੱਚ ਹਾਂ ਹਾਲੇ ਤੱਕ ਸਾਹਮਣੇ ਤੇ ਮੇਜਰ ਇਹਨਾਂ ਦੇ ਖਿਲਾਫ ਕਿਹੜੀ ਕਿਹੜੀ ਐਫ ਆਈ ਆਰਸ ਨੇ ਜਾਂ ਪਿੱਛੇ ਉਸ ਸਿਲਸਿਲੇ ਵਿੱਚ 16 ਪਰਚੇ ਹੈ ਇਨ ਚਾਰਾਂ ਦੇ ਤਾਂ 16 ਪਰਚੇ ਹੈ ਉਹਦੇ 'ਚ ਐਕਸਟੋਰਸ਼ਨ ਹੈ ਜੀ ਆਰਮਡ ਡਿਕੋਇਟੀ ਹੈ ਕੌਂਟਰਾਬੈਂਡ ਸਮਗਲਿੰਗ ਹੈ ਆਮ ਸਮਗਲਿੰਗ ਹੈ ਮਰਡਰ ਦੇ ਵੀ ਪਰਚੇ ਹੈ ਇਹਨਾਂ ਨੂੰ ਸਾਰੇ ਐਲੀਮੀਨੇਟ ਕਰਨਾ ਸੀ ਉਹ ਆਈਡੈਂਟੀਫਾਈਡ ਹੈ ਲੇਕਿਨ ਮੈਂ ਉਹ ਰਿਵੀਲ ਨਹੀਂ ਕਰ ਸਕਦੇ ਸੀ ਪਿਸਟਲ ਕਿਹੜੇ ਸੀ ਇੰਪੋਰਟੈਂਟ ਸੀ ਨਹੀਂ ਪਿਸਟਲ ਕੰਟਰੀ ਮੇਡ ਪਿਸਟਲਸ ਹੈ ਵਧੀਆ ਮੇਕ ਹੈ ਉਹਨਾਂ ਦਾ ਬੱਤੀ ਤਿੰਨ ਬੱਤੀ ਬੋਰ ਦੇ ਅਤੇ ਇੱਕ ਜਿਹੜਾ ਹੈ ਉਹ 30 ਬੋਰ ਦਾ ਪਿਸਟਲ ਸਰ ਲਿਆਂਦੇ ਕਿੱਥੋਂ ਗਏ ਸੀ ਕਿੰਨੇ ਪਿਸਟਲ ਇੰਦੌਰ ਤੋਂ ਲੈ ਕੇ ਆਏ ਸੀਗੇ ਕਿਹੜੇ ਸੈਕਸ਼ਨ ਹਾਂਜੀ ਕਿਹੜੇ ਸੈਕਸ਼ਨ ਪ੍ਰੋਵਾਈਡ ਕਰਵਾਏ ਸੀ ਸਰ ਪਤਾ ਪੁੱਛੇ ਦੇ ਬਾਰੇ ਉਹ ਲੱਗਿਆ ਆਈਡੈਂਟੀਫਾਈਡ ਹੈ ਟੀਮ ਬੈਠੀ ਹੋਈ ਸਾਡੀ ਸਰ ਜੱਗੂ ਭਗਵਾਨਪੁਰੀ ਦੇ ਤਿੰਨ ਪੇਸ਼ੀਆਂ ਹੋਈਆਂ ਨੇ ਅੰਮ੍ਰਿਤਸਰ ਕੋਰਟ ਦੇ ਵਿੱਚ ਉਸ ਦੌਰਾਨ ਕੋਈ ਰੈਕੀ ਕੀਤੀ ਗਈ ਇਹਨਾਂ ਨੇ ਜੱਗੂ ਦੀ ਉਸ ਦੌਰਾਨ ਹੁਣ ਤੱਕ ਤਾਂ ਸਾਹਮਣੇ ਨਹੀਂ ਆਇਆ ਕਿ ਰੈਕੀ ਕੀਤੀ ਹੈ ਬਟ ਯੈਸ ਸਸਟੇਨਡ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਕੁਛ ਨਾ ਕੁਛ ਜੱਗੂ ਵੀ ਟਾਰਗੇਟ ਸੀਗਾ ਜੱਗੂ ਟਾਰਗੇਟ ਤਾਂ ਐਸ ਸੱਚ ਨਹੀਂ ਸੀਗਾ ਬਟ ਇਹਨਾਂ ਦੇ ਜਿਹੜੇ ਜੱਗੂ ਦੇ ਜਿਹੜੇ ਸਾਥੀ ਸੀਗੇ ਉਹ ਡੈਫੀਨੇਟਲੀ ਟਾਰਗੇਟ ਸਰ ਇਹ ਗੈਂਗ ਵਾਰ ਵੀ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਹੀ ਹੋਣੀ ਸੀ ਫਿਰ ਇਹ ਗੈਂਗ ਵਾਰ ਨਹੀਂ ਵਰਚਸਵ ਦੀ ਲੜਾਈ ਤੁਸੀਂ ਕਹਿ ਸਕਦੇ ਹੋ ਆਪਸ ਵਿੱਚ ਇਹ ਹਮਲਾ ਕਰਦੇ ਤਾਂ ਫਿਰ ਗੈਂਗ ਵਾਰ ਹੀ ਹਾਂਜੀ ਵਰਚਸਵ ਦੀ ਲੜਾਈ ਪਰ ਸਰ ਜੱਗੂ ਦੇ ਵਿਰੋਧੀ ਕਿਉਂ ਸਰ ਕੁਝ ਜੇਲ੍ਹ 'ਚ ਇਹਨਾਂ ਦਾ ਪੰਗਾ ਪੈ ਗਿਆ ਸੀਗਾ ਜਦ ਸਾਰੇ ਜੇਲ੍ਹ 'ਚ ਸੀ ਜੱਟ ਇਹ ਓਰਿਜਨਲੀ ਜੰਡਿਆਲੇ ਦਾ ਹੈ ਜੀ ਸਰ ਕਿੰਨੀ ਦੇਰ ਤੋਂ ਸਕ੍ਰਿਏ ਹੈ ਜੀ ਸਕ੍ਰਿਏ 2-2.5 ਸਾਲ ਤੋਂ ਇੱਕ ਸਰ ਐਸਪੀਡੀ ਸਾਹਿਬ ਨੇ ਵੀ ਇੱਕ ਆਪਰੇਸ਼ਨ ਕੀਤਾ ਸੀ ਜੰਡਿਆਲਾ ਦੇ ਵਿੱਚ ਜਦੋਂ ਪਿੱਛੇ ਤੁਸੀਂ ਇੱਕ ਗੈਂਗਸਟਰ ਫੜੇ ਸੀ ਜੀ ਜੀ ਉਹਨਾਂ ਉਹ ਵੀ ਇਹਨਾਂ ਦੇ ਲਿੰਕ ਤੇ ਸੀਗੇ ਜੀ ਉਹਨਾਂ ਦਾ ਹੈ ਲਿੰਕ ਕਿਤੇ ਨਾ ਕਿਤੇ ਲਿੰਕ ਹੈ ਉਹਨਾਂ ਦਾ ਆਪਸ ਦੇ ਵਿੱਚ ਹਾਂਜੀ ਹਾਂਜੀ ਸਰ ਜਿਹੜਾ ਹੁਣ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਦੋਂ ਦਾ ਇਹਨਾਂ ਨੇ ਪਲਾਨ ਬਣਾਇਆ ਸੀ ਪਲਾਨ ਤਾਂ 2-3 ਮਹੀਨੇ ਦਾ ਬਣਿਆ ਹੋਇਆ ਸੀਗਾ ਜੀ ਪੂਰੀ ਐਲਾਬੋਰੇਟ ਫਸ ਐਗਜ਼ੀਕਿਊਸ਼ਨ ਸਟੇਜ ਤੇ ਸੀਗਾ ਸਮਾਂ ਦੇਖ ਰਹੇ ਸੀ ਹਾਂਜੀ ਸਰ ਕਿਹੜੇ ਕਿਹੜੇ ਬੰਦੇ ਟਾਰਗੇਟ ਤੇ ਸੀ ਇਹਨਾਂ ਸੀਗੇ ਦੋ ਬੰਦੇ ਟਾਰਗੇਟ ਸੀ ਜੀ ਸਰ ਹੈਪੀ ਜੱਟ ਫੜਿਆ ਗਿਆ ਜੀ ਨਹੀਂ ਹੈਪੀ ਜੱਟ ਹੁਣ ਵੀ ਫਰਾਰ ਹੈ ਜੀ ਤੇ ਹੈਪੀ ਜੱਟ ਦੇ ਕਿੰਨੇ ਪਰਚੇ ਨੇ ਹੈਪੀ ਜੱਟ ਤੇ ਹੈ ਕੋਈ 16-17 ਪਰਚੇ ਜੀ ਸਰ ਉਹ ਫੰਡ ਵਾਸਤੇ ਪੁੱਛਾ ਤੇ ਚੱਲ ਰਹੀ ਜੀ ਸਾਡੀ ਟੀਮ ਸਕਰੀ ਹੈ ਹਾਂ ਤੁਸੀਂ ਕਹਿ ਸਕਦੇ ਹੋ ਕੁਛ ਇਹ ਬਹੁਤ ਫਲੂਇਡ ਕਨਸੈਪਟ ਹੈ ਕਿ ਕਿਸੇ ਨੇ ਆਰਡਰ ਦਿੱਤਾ ਅਤੇ ਉਹ ਐਗਜ਼ੀਕਿਊਟ ਹੋਏ
ਕੁਝ ਉਹਦੇ ਕਹਿਣ ਤੇ ਕੁਝ ਆਪਣੇ ਆਪ ਹੀ ਕਰ ਦਿੰਦੇ ਨੇ ਸਰ ਇਹਨਾਂ ਇਸ ਤੋਂ ਇਲਾਵਾ ਜਿਹੜੇ ਕੁਝ ਗੈਂਗਸਟਰ ਪਿੱਛੇ ਫੜੇ ਵੀ ਨੇ ਤੁਸੀਂ ਇੱਕ ਆਪਰੇਸ਼ਨ ਕੀਤਾ ਸੀ ਜੀਡੀਐਫ ਨਾਲ ਰਲ ਕੇ ਕੁਝ ਗੈਂਗਸਟਰ ਫੜੇ ਗਏ ਸੀ ਜਿਵੇਂ ਮਣੀ ਰਈਆ ਐਂਡ ਸੈਕਿੰਡ ਇੱਕ ਹੋਰ ਵਿੱਚੋਂ ਕੁਝ ਫਰੋਤੀਆਂ ਵੀ ਇਹਨਾਂ ਨੇ ਕਲੈਕਟ ਜੋ ਖਬਰ ਆ ਰਹੀ ਸੀ ਕਲੈਕਟ ਕਰ ਲਈਆਂ ਸੀ ਫਰੋਤੀਆਂ ਸੀਗੀਆਂ ਆਪਣੇ ਅੰਮ੍ਰਿਤਸਰ ਵੀ ਸੀਗਾ ਤਰਨਤਾਰਨ ਵੀ ਸੀਗਾ ਉਹਦੇ ਵਿੱਚ ਇਸ ਸੰਬੰਧੀ ਕੋਈ ਸਰ ਤੁਸੀਂ ਕੋਈ ਐਫਆਈਆਰ ਜਾਂ ਦਰਜ ਕੀਤੀ ਹੈ ਕਿ ਜਿਹੜੀਆਂ ਫਰੋਤੀਆਂ ਨਾਲ ਲੈ ਵੀ ਲਈਆਂ ਜੀ ਜਾਂ ਕੁਝ ਲੈ ਰਹੇ ਦੇਖੋ ਇਹ ਪਬਲਿਕ ਨੂੰ ਕਨਵਿੰਸ ਕਰਨ ਦੀ ਲੋੜ ਹੁੰਦੀ ਹੈ ਕਿ ਪੁਲਿਸ ਤੁਹਾਡੇ ਨਾਲ ਹੈ ਜੀ ਤੁਸੀਂ ਸਾਹਮਣੇ ਆਓ ਤੁਹਾਨੂੰ ਕਿਸੇ ਨੇ ਤੰਗ ਕੀਤਾ ਹੈ ਜਾਂ ਫਰੋਤੀ ਲਿੱਤੀ ਹੈ ਤੁਸੀਂ ਸਾਨੂੰ ਦੱਸੋ ਸਰ ਨਾ ਕੋਰਟ ਪੇਸ਼ ਕਰ ਦਿੱਤਾ ਗਿਆ ਜੀ ਹਾਂਜੀ ਕੋਰਟ ਪੇਸ਼ ਕਰ ਦਿੱਤਾ ਗਿਆ ਸਰ ਰਿਮਾਂਡ ਮਿਲਿਆ ਹਾਂ ਰਿਮਾਂਡ ਮਿਲਿਆ ਜੀ ਕਿੰਨੇ ਦਿਨਾਂ ਤੋਂ 6 ਦਿਨ ਦਾ ਸਰ ਹੋਰ ਵੀ ਹੈ ਹੋਰ ਹੈ ਆਖ ਇਹਨਾਂ ਦਾ ਜਿਹੜਾ ਟੈਕਨੀਕਲ ਇਨਪੁਟਸ ਸਾਨੂੰ ਮਿਲੇ ਜੀ ਇਹਨਾਂ ਦੇ ਹੋਰ ਜਿਹੜੇ ਸਾਥੀ ਹੈ ਜਾਂ ਹੋਰ ਇਹਨਾਂ ਦੀ ਕੋਈ ਹੋਰ ਵਾਰਦਾਤ ਜਿਹੜੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਉਹ ਜਗ ਜ਼ਾਹਿਰ ਹੋਣ ਦੀ ਸੰਭਾਵਨਾ ਤਿੰਨ ਚਾਰ ਪਰਚੇ ਹੈ ਡਰੱਗਸ ਦਾ ਇਨਵੈਸਟੀਗੇਸ਼ਨ ਚੱਲਦੀ ਹੈ ਇੱਕ ਬੰਦਾ ਇਹਨਾਂ ਤੋਂ ਪੀਂਦਾ ਇੱਕ ਬੰਦਾ ਜਿਹੜਾ ਉਹ ਅਡਿਕਟ ਹੈ ਕੁਛ ਹੈ ਆਈਡੈਂਟੀਫਾਈਡ ਬੰਦੇ ਜਿਹਨਾਂ ਤੋਂ ਲੈ ਕੇ ਆਉਂਦੇ ਨਹੀਂ ਨਹੀਂ 128 ਦਿਨ ਉਹ ਵੀ ਚੱਲ ਰਹੀ ਹੈ ਜੀ ਉਹ ਵੀ ਚੱਲ ਰਹੀ ਹੈ ਦੈਟ ਵਿਲ ਵੀ ਆਰ ਵਰਕਿੰਗ ਵਿਦ ਗੁਜਰਾਤ STF ਜਿਹੜੀ ਹੈ ਸਾਡੇ ਸੰਪਰਕ 'ਚ ਹੈ ਐਂਡ ਉਹ ਵੀ ਜਲਦੀ ਉਹਨਾਂ ਦਾ ਖੁਲਾਸਾ ਹੋਊਗਾ ਉਸ ਕੇਸ ਦਾ ਸਰ ਇਹ ਇੱਕ ਆਖਰੀ ਸਵਾਲ ਇਹ ਸਰ ਫਰੋਤੀ ਵਗੈਰਾ ਤਾਂ ਲੈਂਦੇ ਸੀ ਇਹ ਡਰੱਗ ਸਪਲਾਈ ਦੇ ਧੰਦੇ ਨਾਲ ਵੀ ਨਹੀਂ ਨਹੀਂ ਉਹ ਤੁਸੀਂ ਨਹੀਂ ਕਹਿ ਸਕਦੇ